ਕਰੋੜ ਸਾਹਿਬ ਦੇ ਨੇੜੇ ਘੱਗਰ ਦਰਿਆ ਦਾ ਇੱਕ ਪਾਸੇ ਤੋਂ ਕਿਨਾਰਾ ਟੁੱਟ ਜਾਣ ਕਰਕੇ ਨੇੜਲੇ ਇਲਾਕਿਆਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਘੱਗਰ ਦਰਿਆ ਦੇ ਵਿੱਚ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੇ ਮੀਂਹ ਦੇ ਚਲਦੇ ਉਹ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਸੀ। ਦਰਿਆ ਦਾ ਇੱਕ ਸਾਈਡ ਤੋਂ ਬੰਨ ਕਮਜ਼ੋਰ ਸੀ ਜਿਸ ਕਰਕੇ ਉਹ ਟੁੱਟ ਗਿਆ, ਜਿਸ ਦੇ ਚਲਦੇ ਹੁਣ ਨੇੜਲੇ ਪਿੰਡਾਂ ਦੇ ਵਿੱਚ ਲੋਕ ਕਾਫੀ ਪਰੇਸ਼ਾਨ ਨੇ। ਪ੍ਰਸ਼ਾਸਨ ਦੇ ਵੱਲੋਂ ਜਲਦ ਹੀ ਬੰਨ ਨੂੰ ਬੰਨਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਨੇੜੇ ਲੱਗੇ ਰੁੱਖਾਂ ਨੂੰ ਵੀ ਉਖਾੜਿਆ ਜਾ ਰਿਹਾ ਤਾਂ ਜੋ ਛੇਤੀ ਤੋਂ ਛੇਤੀ ਬੰਨ ਬੰਨਣ 'ਚ ਆਸਾਨੀ ਹੋਵੇ। ਦੱਸਣਯੋਗ ਹੈ ਕਿ ਜੇ ਜਲਦ ਤੋਂ ਜਲਦ ਬੰਨ ਨਾ ਬਣਿਆ ਗਿਆ ਤਾਂ ਨੇੜਲੇ ਪਿੰਡਾਂ ਦੇ ਵਿੱਚ ਬਾੜ ਦਾ ਖਤਰਾ ਵੱਧ ਸਕਦਾ ਹੈ ਅਤੇ ਲੋਕ ਵੀ ਫਸ ਸਕਦੇ ਨੇ। ਤੋ ਹਾਲਾਤਾਂ ਬਾਰੇ ਦੱਸ ਰਹੇ ਨੇ, ਜੋ ਪਾੜ ਪਿਆ ਜੇ ਨਹੀਂ ਪੂਰਨ ਹੁੰਦਾ ਤਾਂ ਇਹਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ, ਜਿਵੇਂ ਸੁਰਜਣ ਪੈਣੀ ਅਤੇ ਮਕੋੜ ਸਾਹਿਬ ਦਾ ਘੱਟੋ ਘੱਟ 2,000-2,500 ਏਕੜ ਹੈ ਜਿਹੜਾ ਉਹ ਜੀਰੀ ਦੀ ਫਸਲ ਹੈ, ਬਿਲਕੁਲ ਡੁੱਬ ਕੇ ਤਬਾਹ ਹੋ ਸਕਦੀ ਹੈ। ਅਤੇ ਕਿੰਨੀ ਕੁ ਛੇਤੀ ਲੱਗ ਗਈ ਤੁਹਾਨੂੰ? ਇਹ ਜੇ ਪੂਰਨ ਸਹਿਯੋਗ ਮਿਲਦਾ ਰਿਹਾ ਆਪਣੇ ਪ੍ਰਸ਼ਾਸਨ ਵੱਲੋਂ, ਜਿਵੇਂ ਸਹਿਯੋਗ ਮਿਲ ਰਿਹਾ ਇਸ ਟਾਈਮ, ਮੈਂ ਆਪਣੇ ਤੌਰ 'ਤੇ ਵੀ ਪੰਚਾਇਤ ਤਰਫੋਂ ਪੂਰਾ ਸਹਿਯੋਗ ਦੇ ਰਿਹਾ, ਜਿਵੇਂ ਰੱਸਾ ਵਗੈਰਾ ਮੈਂ ਆਪਣੇ ਖਰਚੇ 'ਤੇ ਦੇ ਰਿਹਾ ਬੰਦ ਕਰਨ ਵਾਸਤੇ ਤਾਂ ਕਿ ਕੋਈ ਨੁਕਸਾਨ ਨਾ ਹੋਵੇ, ਬਚਾ ਸਕੇ। ਬਹੁਤ ਸਾਰੇ ਤਕਰੀਬਨ ਜਿਵੇਂ ਹੁਣ ਕੰਮ ਚੱਲ ਰਿਹਾ ਸ਼ਾਮ ਤੱਕ ਇਹ ਵਧੀਆ ਬੰਦ ਹੋ ਸਕਦਾ। ਇੱਥੇ ਪਾਣੀ ਦਾ ਬਹੁਤ ਪ੍ਰਭਾਵ ਦੇ ਚੜ੍ਹਾ 'ਤੇ ਹੈ, ਪਰ ਸਾਨੂੰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ। ਐਸ ਟੀ ਐਮ ਸਾਹਿਬ ਇਸ ਟਾਈਮ ਮੌਕੇ 'ਤੇ ਖੜ੍ਹੇ ਨੇ, ਬਾਕੀ ਮਹਿਕਮੇ ਬਾਰੀ ਹੋਰ ਵੀ ਆ ਰਿਹਾ, ਪਿੰਡਾਂ ਦੀ ਪੰਚਾਇਤ ਅਤੇ ਡਿਪਟੀ ਸਾਹਿਬ ਵੀ ਪੂਰਾ ਸਹਿਯੋਗ ਦੇ ਰਹੇ ਨੇ। ਜੇ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਮਿਲਦਾ ਰਿਹਾ ਤਾਂ ਅਸੀਂ ਨੱਕਾ ਪੂਰ ਲਾਂਗੇ ਜੀ ਸ਼ਾਮ ਤੱਕ। ਇਸ ਨੱਕੇ ਦਾ ਘੱਟੋ ਘੱਟ ਜੀ 5-6 ਪਿੰਡਾਂ ਨੂੰ ਨੁਕਸਾਨ ਹੋਊਗਾ, ਅਗਰ ਸਾਨੂੰ ਸਹਿਯੋਗ ਮਿਲਿਆ ਤਾਂ ਅਸੀਂ ਪੂਰਾ ਤੋਂ ਪੂਰਾ ਵੱਧ ਤੋਂ ਵੱਧ ਇਸ ਨੂੰ ਪੂਰ ਲਾਂਗੇ। ਪ੍ਰਸ਼ਾਸਨ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਜੀ, ਇਸ ਵੱਲੋਂ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹਾਂ, ਤਾਂ ਕਿ ਸਾਡਾ ਫਸਲ ਤਾਂ ਦੇਖੋ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ, ਬਾਕੀ ਅਜੇ ਪਿੰਡਾਂ 'ਚ ਤਾਂ ਕੁਛ ਬਚਾਓ ਹੈ ਸਰ। ਇਸ ਵੱਲੋਂ ਸਾਨੂੰ ਇਹ ਬੇਨਤੀ ਹੈ ਕਿ ਇਸ ਬੰਦ ਦੇ ਅੱਜ ਕੱਲ੍ਹ ਆ ਕੇ ਸਾਰਾ ਪ੍ਰਸ਼ਾਸਨ ਇੱਥੇ ਆ ਕੇ ਖੜ੍ਹ ਜਾਂਦਾ, ਪਰ ਜਦੋਂ ਇਹ ਸਮਾਂ ਲੰਘ ਗਿਆ ਸਾਰੇ ਭੁੱਲ ਜਾਂਦੇ ਨੇ ਜੀ। ਸਾਡੀ ਸਰਕਾਰ ਨੂੰ ਬੇਨਤੀ ਹੈ, ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਅਣਗਹਿਲੀ ਨਾ ਦੇਖਿਆ ਜਾਵੇ। ਇਹ ਅਣਗਹਿਲੀ ਕਿੰਨੇ ਸਾਲ ਹੋ ਗਏ ਹੁੰਦੇ ਨੂੰ? ਇਹ ਅਣਗਹਿਲੀ ਬਹੁਤ ਸਾਲਾਂ ਤੋਂ, ਜਦੋਂ ਤਾਂ ਇਹ ਰਸਤਾ, ਇਹ ਤਾਂ ਰਸਤਾ ਹੀ ਬਣਾ ਰੱਖਿਆ ਜੀ ਇਹਨਾਂ ਨੇ ਰਸਤਾ ਹੀ ਬਣਾ ਰੱਖਿਆ ਸਰਕਾਰ ਨੇ, ਪਰ ਇਹ ਭੁੱਲ ਜਾਂਦੇ ਨੇ, ਜਦੋਂ ਪਾਣੀ ਆਇਆ ਉਦੋਂ ਲਾਲਾ ਲਾਲਾ ਹੋ ਜਾਂਦੀ ਹੈ। ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।